ਜਹਾਜ਼ ਰਵਾਨਾ ਕਰਨ ਲੱਗਿਆ। ਇਹ ਬਾਈਪਾਸ ਪਿੰਨ ਇਹ ਨੋਜ਼ ਗੇਅਰ 'ਚ ਲੱਗ ਜਾਂਦੀ ਆ, ਬੇਸਿਕਲੀ ਕਹਿ ਦਈਏ ਵੀ ਜਹਾਜ਼ ਦੀ ਨੱਥ ਆ ਇਹ। ਇੱਕ ਲਾ ਕੇ ਹਟੇ ਸੀ, ਨਾਲ ਦੀ ਆ ਪਾਇਲਟ ਬਾਹਰ ਆ ਗਿਆ, ਕਹਿੰਦਾ ਮੇਰੀ ਕੂਲਿਪ ਦੀ ਪੁੜੀ ਨਹੀਂ ਲੱਭਦੀ ਪਈ ਗੀ। ਆਪਾਂ ਗੱਲਾਂ ਸੁਣਦੇ ਇਹਦੇ ਵੀ ਜਹਾਜ਼ ਦੇ ਟਾਇਰਾਂ 'ਚ ਬਹਿ ਕੇ ਬੰਦੇ ਆ ਗਏ ਅਤੇ ਉਹ ਇੱਥੇ ਬਹਿੰਦੇ ਹੁੰਦੇ ਆ, ਕਿੰਨੀ ਜਗ੍ਹਾ ਦੇਖੋ ਇੱਥੇ। ਫਿਰ ਜਗਰਾਜ ਸਿੰਘ ਕਹਿੰਦਾ ਵੀ ਇੱਕ ਆਪਣੇ ਕੋਲ ਬਲੂੰਗੜਾ ਅਤੇ ਇੱਕ ਕਤੂਰਾ। ਬੜੀ ਘੈਂਟ ਸੀ ਵਿਚਾਰੀ, ਡਰੀ ਬੈਠੀ ਸੀਗੀ, ਕੰਬੀ ਜਾਂਦੀ ਸੀਗੀ। ਸਟੈਗਿੰਗ ਹੁਣ ਤੋਂ ਬਾਅਦ ਜੀ ਆਪਾਂ ਬੰਦ ਕਰ ਦੇਣੀ ਆ ਨੈਟਿੰਗ ਆ। ਜਿਹੜੇ ਬੰਦਿਆਂ ਨੇ ਪੈਸੇ ਵੱਧ ਦਿੱਤੇ ਹੁੰਦੇ ਆ ਵੀ ਭਾਈ ਸਾਡਾ ਬੈਗ ਪਹਿਲਾਂ ਆਉਣਾ ਚਾਹੀਦਾ। ਡਿਲੀਵਰੀਆਂ ਹੁੰਦੀਆਂ ਵੀ ਜਿਵੇਂ ਜਵਾਕਾਂ ਦੇ ਸਟੋਲਰ ਹੋ ਗਏ, ਕਿਸੇ ਦੀ ਵੀਲ ਚੇਅਰ ਹੋ ਗਈ, ਉੱਦਾਂ ਦੀਆਂ ਚੀਜ਼ਾਂ। ਕਹਿੰਦਾ ਆਪਾਂ ਇਹਨਾਂ ਦਾ ਕ੍ਰੋਸ ਬਣਾ ਦੇਣਾ, ਸੋ ਕਰੂ ਜੀ ਨੂੰ ਪਤਾ ਲੱਗ ਜੂ ਉਹਨੇ ਨਾਲ ਦੀ ਨਾਲ ਕਰਨਾ। ਉਹਨੇ ਕਹਿੰਦਾ ਓਕੇ, ਸੋ ਆਪਾਂ ਹੈੱਡਸੈੱਟ ਵਾਲੀ ਤਾਰ ਵੀ ਕੱਢ ਦੇਣੀ ਆ। ਮੈਂ ਸਾਈਡ 'ਤੇ ਨਹੀਂ ਆਉਂਦਾ ਉਨਾ ਟਾਈਮ, ਇਹਨੇ ਸਟੈਂਡ ਬਾਏ ਦਾ ਸਿਗਨਲ ਦੇ ਹੀ ਰੱਖਣਾ ਪਾਇਲਟ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਪਰਮਿੰਦਰ ਸਿੰਘ, ਆਪਾਂ ਵਾਈ ਪੀ ਆਰ ਏਅਰਪੋਰਟ 'ਤੇ ਕੰਮ ਕਰਦੇ ਹਾਂ ਅਤੇ ਅਸੀਂ ਪਤਾ ਨਹੀਂ ਕੀ ਕੰਮ ਕਰਦੇ ਹਾਂ, ਸਾਨੂੰ ਤਾਂ ਆਪ ਹੀ ਨਹੀਂ ਪਤਾ ਲੱਗਦਾ, ਕਨਫਿਊਜ਼। ਬਾਕੀ ਪਰਮਿੰਦਰ ਦੱਸੂਗਾ ਤੁਹਾਨੂੰ ਸਾਰਾ ਕੁਛ, ਇਹ ਬੰਦਾ ਐਕਸਪਰਟ ਹੈਗਾ, ਜਹਾਜ਼ ਵੀ ਡਾਲ ਲੈਂਦਾ, ਜਹਾਜ਼ ਲਾ ਵੀ ਲੈਂਦਾ ਆ, ਜਹਾਜ਼ ਸਮਾਨ ਵੀ ਭਰ ਦਿੰਦਾ, ਸਾਰਾ ਕੁਛ ਕਰ ਦਿੰਦਾ ਆ। ਸੋ ਪਰਮਿੰਦਰ ਕਰੋ ਥੋੜ੍ਹੀ ਜਿਹੀ ਇੰਟਰੋਡਕਸ਼ਨ ਜਹਾਜ਼ਾਂ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਨਿੰਦਰਪ੍ਰੀਤ ਆ, ਸੋ ਆਪਾਂ ਏਅਰਪੋਰਟ 'ਤੇ ਕੰਮ ਕਰਦੇ ਹਾਂ। ਮੈਂ ਹੁਣੇ ਦੱਸਿਆ ਇਹਦਾ ਨਾਮ ਸੁਨਿੰਦਰਪ੍ਰੀਤ ਆ। ਏਅਰਪੋਰਟ 'ਤੇ ਜੀ ਆਪਾਂ ਕੰਮ, ਏਅਰਪੋਰਟ 'ਤੇ ਆਪਾਂ ਕੰਮ ਕਰਦੇ ਹਾਂ ਵਾਈ ਵੀ ਆਰ। ਸੋ ਇਹ ਵੀਡੀਓ ਵਲੋਗ ਦੇ ਵਿੱਚ ਤੁਸੀਂ ਦੇਖੋਗੇ ਕਿੱਦਾਂ ਕੰਮ ਹੁੰਦਾ ਸਾਰਾ ਰੈਂਪ 'ਤੇ ਅੰਡਰ ਦਾ ਵਿੰਗ। ਸੋ ਹਾਂ ਹਾਂ ਬਸ ਕੋਈ ਨਹੀਂ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਆਪਾਂ ਵਲੋਗ 'ਚ ਕਰਨ ਲੱਗੇ ਹਾਂ ਡਿਪਾਰਚਰ, ਮਤਲਬ ਜਹਾਜ਼ ਰਵਾਨਾ ਕਰਨ ਲੱਗੇ। ਇਹਦੇ ਨਾਲ ਟੋ ਬਾਰ ਲਾ ਕੇ ਪੁਸ਼ ਕਰੀਦਾ ਕਿਉਂਕਿ ਜਹਾਜ਼ ਦੇ ਕਿਹੜਾ ਬੈਕ ਗੇਅਰ ਹੁੰਦਾ ਗਾ। ਸੋ ਇਹਨੂੰ ਕਹਿੰਦੇ ਆ ਜੀ ਬਾਈਪਾਸ ਪਿੰਨ, ਇਹ ਨੋਜ਼ ਗੇਅਰ 'ਚ ਲੱਗ ਜਾਂਦੀ ਆ, ਬੇਸਿਕਲੀ ਕਹਿ ਦਈਏ ਵੀ ਜਹਾਜ਼ ਦੀ ਨੱਥ ਆ ਇਹ। ਇੱਕ ਵਾਰੀ ਇਹ ਪੈ ਗਈ, ਟਾਇਰਾਂ ਦਾ ਕੰਟਰੋਲ ਪਾਇਲਟ ਕੋਲ ਨਹੀਂ ਹੈਗਾ, ਹੁਣ ਇਹ ਆਪਣੇ ਕੋਲ ਆ। ਅਤੇ ਜੇ ਨਾ ਪਾਈ ਹੋਵੇ ਆ ਟੋ ਬਾਰ ਲੱਗੀ ਹੋਵੇ ਅਤੇ ਉਹ ਟਾਇਰ ਘੁਮਾ ਦੇ ਨਾ ਤਾਂ ਸਾਰਾ ਕੁਛ ਲੱਦ ਪਲੱਦ ਕੇ ਮਾਰੂ, ਇਹ ਇੰਨੀ ਪਾਵਰ ਹੁੰਦੀ ਆ ਇਹਨਾਂ ਦੇ ਵਿੱਚ। ਓਕੇ ਸੋ ਟੋ ਬਾਰ ਲਾਈ, ਇਹਨੂੰ ਕੀਤਾ ਲੋਕ, ਇਹਨੂੰ ਕਹਿੰਦੇ ਆ ਪੁਸ਼ ਬੈਕ, ਇਹ ਕਰਦਾ ਜਹਾਜ਼ ਨੂੰ ਪੁਸ਼। ਫਿਰ ਇਹਦੇ ਨਾਲ ਜਿਵੇਂ ਟਰੈਕਟਰ ਟਰਾਲੀ ਜੋੜਦੇ ਹੁੰਦੇ ਆਪਾਂ, ਇੱਦਾਂ ਕਨੈਕਟ ਕਰ ਦੇਣਾ, ਆ ਜਾ ਬਈ ਆਉਣ ਦੇ ਬਸ ਬਸ ਇਹ ਹੋ ਗਿਆ ਕਨੈਕਟ, ਆਲ ਡਨ ਕੋਲ ਸਾ। ਹੁਣ ਆ ਜਿਹੜੀ ਤਾਰ ਆ ਯੈਲੋ ਕਲਰ ਦੀ ਤੁਸੀਂ ਦੇਖ ਰਹੇ ਹੋ, ਇਹਨੂੰ ਆਪਾਂ ਕਰ ਦੇਣਾ ਕਨੈਕਟ ਜਹਾਜ਼ ਦੇ ਨਾਲ। ਹੁਣ ਜਿਹੜਾ ਪੁਸ਼ ਬੈਕ 'ਚ ਬੈਠਾ ਡਰਾਈਵਰ, ਇਹ ਕਨੈਕਟ ਰਹੂਗਾ ਜਹਾਜ਼ ਦੇ ਨਾਲ। ਪਾਇਲਟ ਨੂੰ ਦੱਸਣਾ ਹੁੰਦਾ ਵੀ ਬ੍ਰੇਕਾਂ ਛੱਡ ਦੇ, ਲਾਲਾ ਵੀ ਹੁਣ ਆਪਾਂ ਪੁਸ਼ ਕਰਨ ਲੱਗੇ ਹਾਂ, ਜਾਂ ਹੋਰ ਜੋ ਵੀ ਸਾਰਾ ਕੋਈ ਕਨੈਕਸ਼ਨ ਬਣਿਆ ਰਹਿੰਦਾ। ਫਿਰ ਅਜੇ ਪੁਸ਼ ਬਾਰ ਲਾ ਕੇ ਹਟੇ ਸੀ, ਨਾਲ ਦੀ ਆ ਪਾਇਲਟ ਬਾਹਰ ਆ ਗਿਆ, ਕਹਿੰਦਾ ਮੇਰੀ ਕੂਲਿਪ ਦੀ ਪੁੜੀ ਨਹੀਂ ਲੱਭਦੀ ਪਈ ਗੀ, ਡਿੱਗ ਪਈ ਕਹਿੰਦਾ ਕਿਤੇ, ਸੋਰੀ ਸੋਰੀ। ਉਹ ਤਾਂ ਐਂ ਕਹਿੰਦਾ ਸੀ, ਅਜੇ ਪੁਸ਼ ਬੈਕ ਲਾਉਣ ਲੱਗੇ ਨਾ ਪੈਰ ਪੂਰ ਵੱਜ ਕੇ ਗਰਾਊਂਡ ਪਾਵਰ ਹਿੱਲ ਜਾਂਦੀ ਆ, ਉਹ ਕਹਿੰਦਾ ਸੀ ਵੀ ਹਿੱਲ ਗਈ ਮਾੜਾ ਜਿਹਾ ਕਰੀ ਚੈੱਕ। ਸੋ ਆਪਾਂ ਇੱਧਰੋਂ ਦੇਖਿਆ ਸੁੱਚ ਦੱਬ ਕੇ ਵੀ ਇੱਧਰੋਂ ਤਾਂ ਚੱਲਦੀ ਪਈ ਆ, ਹਲ ਗੋਡਾ ਮੈਂ ਕਿਹਾ। ਫਿਰ ਉਹਨੇ ਉੱਥੋਂ ਹਿਲਾ ਕੇ ਸੈੱਟ ਕਰਕੇ ਦੇਖੀ, ਫਿਰ ਕਹਿੰਦਾ ਦੁਬਾਰੇ ਪੁੱਛ, ਨੌਕ ਕਰਕੇ ਨੌਕ ਕੀਤਾ, ਟੈਨਸ਼ਨ ਲੈ ਕੇ ਤੁਹਾਨੂੰ ਦਿੱਤਾ ਦਮ ਦਾ, ਉਹ ਕਹਿੰਦਾ ਓਕੇ ਆ ਜੀ ਆਲ ਗੋਡਾ ਸਰ। ਆਹ ਦਿਖਾਉਣਾ ਤੁਹਾਨੂੰ ਟਾਇਰਾਂ ਵਾਲਾ ਘੋਰਨਾ, ਦੇਖੋ ਕਿੱਡਾ ਵੱਡਾ ਜਗੜਾ। ਆਪਾਂ ਗੱਲਾਂ ਸੁਣਦੇ ਇਹਦੇ ਵੀ ਜਹਾਜ਼ ਦੇ ਟਾਇਰਾਂ 'ਚ ਬਹਿ ਕੇ ਬੰਦੇ ਆ ਗਏ ਅਤੇ ਉਹ ਇੱਥੇ ਬਹਿੰਦੇ ਹੁੰਦੇ ਆ, ਕਿੰਨੀ ਜਗ੍ਹਾ ਦੇਖੋ ਇੱਥੇ, ਇੱਥੇ ਕਿਸ ਹਿਸਾਬ ਨਾਲ ਆ ਜਾਂਦੇ ਚੜ ਚੁੜ ਕੇ। ਸਾਹਮਣੇ ਵਾਲੇ ਲੱਗੇ ਪਏ ਆ ਪੁਸ਼ ਕਰਨ,
ਇਸ ਟਾਈਮ ਪਿਆਸੀ ਡਿਪਾਰਚਰ 'ਚ ਮੈਂ ਬੈਠਾ ਫੋਨ ਚਲਾਈ ਜਾਂਦਾ ਸੀ, ਨਾਲ ਹੀ ਕੂਹ ਚੀਫ ਨੇ ਆਵਾਜ਼ ਮਾਰ ਲਈ ਕਹਿੰਦਾ ਆ ਜਾ ਬਈ ਸ਼ੇਰਾ ਬੈਲਟ ਲਵਾ, ਆਉਣ ਦੇ ਚੱਕਾਂ ਚੁੱਕਾਂ ਲਾ ਦੀਆਂ, ਕਰਤਾ ਕੰਮ ਸੈੱਟ। ਫਿਰ ਜਗਰਾਜ ਸਿੰਘ ਕਹਿੰਦਾ ਵੀ ਇੱਕ ਆਪਣੇ ਕੋਲ ਬਲੂੰਗੜਾ ਅਤੇ ਇੱਕ ਕਤੂਰਾ ਉਹ ਪਾ ਦਈਏ ਆਪਾਂ, ਜਿੰਨਾ ਟਾਈਮ ਆਪਣੇ ਬਾਕੀ ਬੰਦੇ ਆਉਂਦੇ ਆ। ਇੱਕ ਆ ਬਿੱਲੀ ਸੀ ਬੜੀ ਘੈਂਟ ਸੀ ਵਿਚਾਰੀ, ਡਰੀ ਬੈਠੀ ਸੀਗੀ, ਕੰਬੀ ਜਾਂਦੀ ਸੀਗੀ। ਇੱਕ ਆਹ ਸੀ ਕਤੂਰਾ ਕਿਸੇ ਦਾ, ਗੱਦੀ ਜਿਹਾ ਲੱਗਦਾ ਪਿਆ ਸੀਗਾ। ਇਹ ਵੀ ਸਾਰੇ ਜਿੰਨੇ ਜਾਨਵਰ ਜਨੌਰ ਵੀ ਹੁੰਦੇ ਆ ਇਹ ਵੀ ਸਭ ਜਾਂਦੇ ਆ ਪਲੇਨ ਦੇ ਵਿੱਚ ਹੀ, ਬੰਦੇ ਜਿੰਨੀ ਟਿਕਟ ਇਹਨਾਂ ਦੀ ਲੱਗਦੀ ਆ। ਇੱਥੇ ਪਈਆਂ ਹੁੰਦੀਆਂ ਸਟਰੈਪਾਂ, ਉਹ ਸਟੈਪਾਂ ਕੱਢੀਆਂ ਆਪਾਂ, ਕਿਉਂਕਿ ਇਹ ਜਿਹੜਾ ਹੁੰਦਾ ਕਾਰਗੋ ਵਗੈਰਾ ਇਹ ਸਾਰਾ ਕੁਝ ਸਿਕਿਓਰ ਕਰਨਾ ਹੁੰਦਾ, ਜਿੰਨੇ ਲਾਈਵ ਐਨੀਮਲ ਹੁੰਦੇ ਆ ਨਾ ਪਿੰਜਰੇ ਵਗੈਰਾ ਚੰਗੀ ਤਰ੍ਹਾਂ ਵਿੱਚ ਬੰਨ ਕੇ ਰੱਖਣੇ ਹੁੰਦੇ ਆ, ਕਿਉਂਕਿ ਹੁਣ ਫਿਰ ਹਿੱਲ ਜੁੱਲ ਸਕਦੇ ਆ ਨਾ ਇਹ। ਜਿਹੜਾ 10 ਕੁ ਪੀਸ ਕਾਰਗੋ ਦੇ ਸੀਗੇ ਹਰੇ ਜੇ ਥੱਲਿਆਂ 'ਚ, ਇਹਨਾਂ 'ਚ ਪਤਾ ਨਹੀਂ ਕੀ ਹੁੰਦਾ, ਚੱਕਣ ਨੂੰ ਤਾਂ ਖਾਲੀ ਲੱਗਦੇ ਹੁੰਦੇ ਆ ਇਹ, ਓਕੇ ਜੇ ਪਤਾ ਨਹੀਂ ਕੀ ਇਹ ਸਿੱਟੇ। ਫਿਰ ਉਦੋਂ ਬਾਅਦ ਆਪਣਾ ਬਾਕੀ ਕਰੂ ਵੀ ਆ ਗਿਆ, ਮੇਰੇ ਨਾਲ ਆ ਗਿਆ ਜੀ ਮਾਝੇ ਦਾ ਜਰਨੈਲ ਚੋਬਰ ਮੁੰਡਾ ਸਗਲ, ਮੈਂ ਇੱਥੋਂ ਬੈਲਟ ਤੋਂ ਕਰ ਇਹਦੇ ਕੋਲ ਪੁਸ਼ ਕਰੀ ਗਿਆ, ਇਹ ਚੋਬਰ ਸਟੈਕ ਕਰੀ ਗਿਆ, ਘੈਂਟ ਬੰਦਾ ਇਹ ਵੀ, ਇਹਦੇ ਨਾਲ ਪੋਡਕਾਸਟ ਕਰਾਂਗੇ ਕਿਸੇ ਦਿਨ, ਗੱਲਾਂ ਬਹੁਤ ਘੈਂਟ ਕਰਦਾ ਇਹ ਵੀ, ਬਲੌਗ 'ਚ ਫਿੱਟ ਆਉਣ ਵਾਲਾ ਹੈ ਨਹੀਂ ਜਗਾਡ, ਅਤੇ ਲੰਬਾ ਚੌੜਾ ਚੱਲ ਸਕਦਾ ਜਾ ਕਿਆ, ਬਸ ਇੱਦਾਂ ਹੀ ਆ। ਮੈਂ ਉਹ ਬੈਗ ਪੁਸ਼ ਕਰੀ ਗਿਆ, ਉਹ ਸਟੈਕ ਕਰੀ ਗਿਆ ਉੱਥੇ, ਬਸ ਉੱਥੇ ਗੱਲਾਂ ਬਾਤਾਂ ਕਰੀ ਗਈ ਨਾਲੇ।
ਟੈਗਿੰਗ ਹੋਣ ਤੋਂ ਬਾਅਦ ਜੀ ਆਪਾਂ ਬੰਦ ਕਰ ਦੇਣੀ ਆ ਨੈਟਿੰਗ, ਆਹ ਨੈਟਿੰਗ ਕਰ ਦੇਣੀ ਆ। ਇਹ ਅਲੱਗ ਅਲੱਗ ਪੋਰਸ਼ਨ ਹੁੰਦੇ ਆ ਪਲੇਨ ਦੇ, ਸਾਰਿਆਂ ਦੇ ਵਿੱਚ ਸਮਾਨ ਹਿਸਾਬ ਦਾ ਪੈਂਦਾ ਹੁੰਦਾ ਵੀ ਉਹਦੇ 'ਚ ਉੰਨਾ ਵੇਟ ਪੈਣਾ, ਉਹਦੇ 'ਚ ਉੰਨਾ। ਇਹ ਨੈਟਿੰਗ ਲਾਉਣੀ ਬਹੁਤ ਜ਼ਰੂਰੀ ਆ। ਹੁਣ ਮੰਨ ਲਾ ਟੇਕ ਆਫ ਲਿਆ ਜਹਾਜ਼ ਉੱਪਰ ਨੂੰ ਹੈ, ਤਾਂ ਸਾਰਾ ਸਮਾਨ ਇੱਕ ਪੁੰਜੇ 'ਚ ਇਕੱਠਾ ਹੋਇਆ ਹੁੰਦਾ, ਸਾਰਾ ਇਹਦਾ ਵੇਟ ਇਮਬੈਲੈਂਸ ਵਿਗੜ ਜਾਣਾ, ਤਾਂ ਹਾਦਸਾ ਹੋ ਸਕਦਾ, ਜਹਾਜ਼ ਡਿੱਗ ਸਕਦਾ। ਸੋ ਇਹ ਨੈਟਿੰਗ ਬਹੁਤ ਬਹੁਤ ਜ਼ਰੂਰੀ ਆ। ਫਰੰਟ 'ਚ ਬੈਗ ਪੈ ਗਏ, ਹੁਣ ਆਪਾਂ ਲੋਡ ਕਰਨਾ ਮਗਰੋਂ। ਇਹ ਵੀ ਤੁਹਾਨੂੰ ਦੱਸਿਆ ਸੀ ਜਿੱਦਾਂ ਪਿਛਲੀ ਵਾਰੀ, ਲੋਡ ਆਪਾਂ ਇੱਦਾਂ ਕਰੀਦਾ ਵੀ ਪਹਿਲਾਂ ਫਰੰਟ ਤੋਂ ਕਰੀਦਾ ਫਿਰ ਪਿੱਛੇ, ਕਿਉਂਕਿ ਜੇ ਪਿੱਛੋਂ ਲੋਡ ਕਰਤਾ ਸਾਰਾ ਵੇਟ ਮਗਰ ਆ ਜਾਣਾ, ਤਾਂ ਪਲੇਨ ਮੂਹਰੋਂ ਚੱਕਿਆ ਜਾਣਾ। ਸੋ ਹੁਣ ਮੈਂ ਸਟੈਕ ਕਰੂੰਗਾ, ਮਾਝੇ ਦਾ ਜਰਨੈਲ ਪੁਸ਼ ਕਰੂੰਗਾ। ਉਧਰਲੇ ਪਾਸੇ ਪਾ ਰਿਹਾ ਪ੍ਰਾਇਓਰਟੀ ਬੈਗ। ਹੁਣ ਜਿਹੜੇ ਬੰਦਿਆਂ ਨੇ ਪੈਸੇ ਵੱਧ ਦਿੱਤੇ ਹੁੰਦੇ ਆ ਵੀ ਭਾਈ ਸਾਡਾ ਬੈਗ ਪਹਿਲਾਂ ਆਉਣਾ ਚਾਹੀਦਾ ਹੈ ਨਾ ਬੈਲਟ 'ਤੇ, ਸੋ ਉਹ ਬੈਗ ਆਪਾਂ ਉੱਥੇ ਮੂਹਰੇ ਪਾ ਦਈਦੇ ਆ ਵੀ ਉਹਦੇ ਬੈਗ ਪਹਿਲਾਂ ਚਲੇ ਜਾਂਦੇ ਆ। ਉਹ ਉਧਰਲੇ ਉਹ ਪਾ ਰਿਹਾ ਪਹਿਲਾਂ। ਲਓ ਜੀ, ਸਟੈਗਿੰਗ ਹੋ ਗਈ ਆਪਣੀ ਡਨ। ਸੋ ਹੁਣ ਆਪਾਂ ਆ ਗਏ ਬਾਹਰ, ਕਿਉਂਕਿ ਜਿਹੜੇ ਦੋ ਚਾਰ ਬੈਗ ਆਉਣਗੇ ਉਹ ਉਸਤਾਦ ਦੇਖ ਲੂਗਾ ਆਪੇ, ਬਾਹਰ ਦਾ ਕੰਮ ਧੰਦਾ ਦੇਖੀਏ। ਹੁਣ ਆ ਪੀ ਸੀ ਏ ਲਾ ਦੇਣਾ, ਜਿਹੜੀ ਅੰਦਰ ਏਅਰ ਦਿੱਤੀ ਹੁੰਦੀ ਆ ਉਹ ਲਾ ਦੇਣੀ ਆ। ਇਹ ਲਾ ਕੇ ਅਤੇ ਉਵੇਂ ਦੁਬਾਰੇ ਫਿਰ ਬਸ ਉਹ ਡੋਲੀ ਜਿਹੜੀ ਪਈ ਆ ਕਰਕੇ ਸਿੱਧੀ, ਅਤੇ ਉਹਦੇ ਨਾਲ ਆਪਾਂ ਕਰ ਦੇਣੀ ਆ ਇਕੱਠੀ। ਇਹ ਜੇ ਲਾ ਕੇ ਬਸ ਲੱਗਿਆ ਸੀ ਇਕੱਠੀ ਕਰਨ, ਨਾਲ ਦੀ ਨਾਲ ਸਾਡਾ ਸੁਪਰਵਾਈਜ਼ਰ ਆ ਗਿਆ, ਮੈਨੂੰ ਕਹਿੰਦਾ ਇਹ ਮੈਂ ਦੇਖਦਾ ਵੀ ਤੂੰ ਪੂਰੇ ਡੋਰ ਡਿਲੀਵਰੀਆਂ ਪਾ ਦੇ। ਡੋਰ ਡਿਲੀਵਰੀਆਂ ਹੁੰਦੀਆਂ ਵੀ ਜਿਵੇਂ ਜਵਾਕਾਂ ਦੇ ਸਟੋਲਰ ਹੋ ਗਏ, ਕਿਸੇ ਦੀ ਵੀਲ ਚੇਅਰ ਹੋ ਗਈ, ਉੱਦਾਂ ਦੀਆਂ ਚੀਜ਼ਾਂ। ਇਹ ਜਮ੍ਹਾਂ ਫਰੰਟ 'ਤੇ ਪਾਈ ਦੀਆਂ, ਕੱਢਣ ਵੇਲੇ ਸਭ ਤੋਂ ਪਹਿਲਾਂ ਇਹ ਕੱਢ ਕੇ ਉੱਥੇ ਮੂਹਰੇ ਰੱਖ ਕੇ ਆ ਜਾਈਏ ਜਿੱਥੋਂ ਪਲੇਨ 'ਚੋਂ ਬਾਹਰ ਆਉਂਦੇ ਆ।
ਲਓ ਜੀ ਆਲਮੋਸਟ ਆਪਣਾ ਕੰਮ ਡਨ ਹੋ ਗਿਆ, ਸਟੈਗਿੰਗ ਹੋ ਗਈ। ਹੁਣ ਆਪਾਂ ਚੱਕਣ ਲੱਗੇ ਕੂਨਾ ਜਿਹੜੀਆਂ ਰੱਖੀਆਂ ਹੁੰਦੀਆਂ ਨਾ ਵੀ, ਬਸ ਹੁਣ ਕੰਮ ਹੋ ਗਿਆ ਆਪਣਾ। ਕੂਨਾ ਕਰਨਾ ਚੱਕ ਕੇ ਸਾਰਾ ਕੁਛ ਬੈਲਟਾਂ ਬੁਲਟਾਂ ਹਟਾ ਦੇਣੀਆਂ। ਉਹ ਗੇਟ ਵੀ ਫੁੱਲ ਹੋ ਗਿਆ, ਬੋਰਡਿੰਗ ਵਗੈਰਾ ਹੋ ਗਈ ਡਨ। ਬਹੁਤ ਤਿਆਰੀ ਆ ਕੁਛ ਕਰਨ ਦੀ ਇਹਨੂੰ। ਉਦੋਂ ਬਾਅਦ ਬੈਲਟਾਂ ਚੱਕਤੀਆਂ, ਬ੍ਰਿਜ ਪੁੱਲ ਹੋ ਗਿਆ, ਕੰਮ ਸਾਰਾ ਡਨ ਆ। ਹੁਣ ਆਪਾਂ ਪਾਇਲਟ ਨੂੰ ਨੌਕ ਕਰਕੇ ਚਾਕਾਂ ਪੁੱਛਣੀਆਂ, ਉਹ ਓਟੇ ਵੀ ਕੱਢ ਦੀਏ, ਬ੍ਰੇਕਾਂ ਬਰੂਕਾਂ ਲਾ ਲਾ ਭਾਈ। ਉਹਨੂੰ ਇਸ਼ਾਰਾ ਕੀਤਾ, ਉਹ ਕਹਿੰਦਾ ਓਕੇ ਕੱਢ ਦਿਉ। ਉਸਤਾਦ ਨੂੰ ਵੀ ਕਿਹਾ ਵੀ ਚੱਕ ਦੇ ਚੌਕਾ। ਲਓ ਜੀ ਆਲਮੋਸਟ ਸਾਰਾ ਕੰਮ ਡਨ ਆ। ਪੀ ਸੀ ਏ, ਜੀ ਪੀ ਯੂ, ਸਾਰਾ ਕੁਛ ਬੈਲਟਾਂ ਬੁਲਟਾਂ ਹਟਾ ਲਈਆਂ, ਕੋਨਾ ਚੱਕ ਲਈਆਂ, ਬ੍ਰਿਜ ਪੁੱਲ ਹੋ ਗਿਆ। ਉਹ ਹੁਣ ਕੰਮ ਡਨ ਆ, ਹੁਣ ਬਸ ਪੁਸ਼ ਕਰਨ ਦੀ ਤਿਆਰੀ ਆ। ਉਹ ਆ ਗਿਆ ਆਪਣਾ ਕਰੂ ਚੀਫ, ਇਹਨੇ ਕੀਤੀ ਪਲੇਨ ਟੌਕ, ਬਸ ਦੱਸਿਆ ਸਾਰਾ ਕੁਛ ਕਿੱਧਰ ਨੂੰ ਪੁਸ਼ ਕਰਨਾ, ਕਿਹੜੇ 'ਚ ਸਟੈਂਡ ਬਾਏ ਕਰਨਾ, ਕਿਹੜੇ 'ਚ ਟੋ ਬਾਰ ਕਰਨੀ ਆ। ਸੋ ਆਪਾਂ ਕਰਨੀ ਆ ਟੋ ਬਾਰ। ਆਪਾਂ ਇੱਕ ਪਾਸੇ ਕੇ ਵਿੰਗ 'ਤੇ ਖੜ੍ਹ ਗਏ, ਜਿਹੜਾ ਤਾਂ ਬੋਂਡ ਤਾਂ ਉਹਨੂੰ ਕੀਤੀ, ਉਹਦਾ ਮਤਲਬ ਹੈਗਾ ਆਲ ਕਲੀਅਰ। ਜਿਹੜੀ ਸਾਈਡ ਨੂੰ ਕੀਤੀ ਹੋਈ ਹੈ ਇਹਦਾ ਮਤਲਬ ਵੀ ਇੱਧਰਲੇ ਪਾਸੇ ਨੂੰ ਪੁਸ਼ ਕਰਨੀ ਹੈ। ਆਪਾਂ ਵਿੰਗ ਦੇ ਨਾਲ ਨਾਲ ਤੁਰੇ ਜਾਣਾ, ਇਹੀ ਸੇਮ ਸਿਗਨਲ ਦੇ ਕੇ। ਮਤਲਬ ਜੇ ਕੁਛ ਹੁੰਦਾ, ਕੋਈ ਚੀਜ਼ ਰਾਹ 'ਚ ਆਉਂਦੀ ਆ ਜਾਂ ਕੁਛ ਵੀ ਰੋਕਣਾ ਪੈਂਦਾ, ਆਪਾਂ ਇਹਨਾਂ ਦਾ ਕ੍ਰੋਸ ਬਣਾ ਦੇਣਾ। ਸੋ ਕਰੂ ਚੀਫ ਨੂੰ ਪਤਾ ਲੱਗ ਜੂਨੇ, ਨਾਲ ਦੀ ਨਾਲ ਸਟੋਪ ਕਰ ਦੇਣਾ ਉੱਥੇ। ਆਪਾਂ ਤੁਹਾਨੂੰ ਪੁਸ਼ ਕਰੀ ਜਾਂਦਾ, ਆਪਾਂ ਨਾਲ ਨਾਲ ਜਾਈ ਜਾਣਾ ਗਾ। ਫਿਰ ਜਦੋਂ ਇਹ ਆ ਕੇ ਰੁਕ ਗਿਆ, ਉਹਨੇ ਆਪਾਂ ਨੂੰ ਦਿੱਤਾ ਸਿਗਨਲ, ਆਪਾਂ ਇਹਦੇ ਕੋਲੇ ਚੱਲ ਜਾਣਾ। ਬੈਗ 'ਚ ਰੱਖੀਆਂ ਬੋਂਡਾਂ, ਸੋ ਉਹ ਵਾਰ ਹੁਣ ਆਪਾਂ ਕੱਢ ਦੇਣੀ ਆ। ਇਹਦਾ ਸਾਰਾ ਪ੍ਰੋਸੀਜਰ ਉਲਟਾ, ਹੁਣ ਉਹਦਾ ਓਪੋਜ਼ਿਟ ਕਰਨਾ। ਪਹਿਲਾਂ ਆਪਾਂ ਇਹਦੇ ਨਾਲੋਂ ਡਿਸਕਨੈਕਟ ਕਰਨੀ ਆ, ਫਿਰ ਲੌਕ ਖੋਲ੍ਹ ਕੇ ਟਾਇਰਾਂ ਨਾਲੋਂ ਕੱਢਣੀ ਆ, ਫਿਰ ਐਂਡ 'ਤੇ ਕੱਢਣੀ ਆ ਬਾਈਪਾਸ ਪਿੰਨ। ਪਿੰਨ ਕੱਢ ਕੇ ਦੋ ਵਾਰ ਦੁਬਾਰੇ ਫਿਰ ਆਪਾਂ ਪੁਸ਼ ਬੈਕ ਨਾਲ ਕਨੈਕਟ ਕਰ ਦੇਣੀ ਆ। ਹੁਣ ਆਪਾਂ ਉਹਦੇ ਸਿਗਨਲ ਦਾ ਵੇਟ ਕਰਨਾ, ਉਹਨੇ ਕਹਿਤਾ ਓਕੇ। ਸੋ ਆਪਾਂ ਹੈੱਡਸੈੱਟ ਵਾਲੀ ਤਾਰ ਵੀ ਕੱਢ ਦੇਣੀ ਆ। ਜਿੰਨਾ ਟਾਈਮ ਸਾਰੇ ਕਲੀਅਰ ਨਹੀਂ ਹੁੰਦੇ, ਪੁਸ਼ ਬੈਕ ਵਾਲਾ ਜਾਂਦਾ ਨਹੀਂ, ਮੈਂ ਸਾਈਡ 'ਤੇ ਨਹੀਂ ਆਉਂਦਾ, ਉਨਾ ਟਾਈਮ ਇਹਨੇ ਸਟੈਂਡ ਬਾਏ ਦਾ ਸਿਗਨਲ ਦੇ ਹੀ ਰੱਖਣਾ ਪਾਇਲਟ ਨੂੰ। ਮੇਰੇ ਹੱਥ 'ਚ ਆ ਬਾਈਪਾਸ ਪਿੰਨ, ਸੋ ਇਹ ਆਪਾਂ ਪਾਇਲਟ ਨੂੰ ਦਿਖਾਉਣੀ ਆ। ਪਾਇਲਟ ਨੇ ਕਹਿਤਾ ਓਕੇ, ਚਲੋ ਜੀ।